ਧਰਮਕੋਟ ਵਿਖੇ ਗੈਸ ਏਜੰਸੀ ਦੇ ਕਰਿੰਦੇ ਨੂੰ ਘੱਟ ਵਜ਼ਨ ਦੇ ਸਿਲੰਡਰ ਦਿੰਦੇ ਹੋਏ ਪਿੰਡ ਵਾਸੀਆਂ ਨੇ ਕਾਬੂ ਕੀਤਾ ਹੈ। ਦਰਅਸਲ ਨੇੜਲੇ ਪਿੰਡ ਨਸੀਰੇਵਾਲਾ ਵਿਖੇ ਧਰਮਕੋਟ ਇੰਡੀਅਨ ਗੈਸ ਏਜੰਸੀ ਦੀ ਟਰੈਕਟਰ ਟਰਾਲੀ ਉੱਪਰ ਏਜੰਸੀ ਦੇ ਕਰਮਚਾਰੀ ਜਦੋਂ ਪਿੰਡ ਵਿੱਚ ਸਿਲੰਡਰ ਤਕਸੀਮ ਕਰਨ ਲਈ ਆਏ ਤਾਂ ਜਿੰਨੇ ਵੀ ਪਿੰਡ ਵਾਸੀਆਂ ਨੇ ਇਹ ਸਿਲੰਡਰ ਗੈਸ ਏਜੰਸੀ ਦੇ ਕਰਿੰਦਿਆਂ ਤੋਂ ਖਰੀਦੇ ਅਤੇ ਉਹਨਾਂ ਦਾ ਵਜ਼ਨ ਚੈੱਕ ਕੀਤਾ। ਜਦ ਵਜ਼ਨ ਚੈੱਕ ਕੀਤਾ ਗਿਆ ਤਾਂ ਹਰੇਕ ਸਿਲੰਡਰ ਦਾ ਵਜ਼ਨ ਕਾਫੀ ਘੱਟ ਪਾਇਆ ਗਿਆ, ਜਿਸ ਦੇ ਉੱਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਨਾਪਤੋਲ ਵਿਭਾਗ ਜ਼ਿਲ੍ਹਾ ਮੋਗਾ ਅਤੇ ਫੂਡ ਸਪਲਾਈ ਵਿਭਾਗ ਧਰਮਕੋਟ ਨੂੰ ਹੋ ਰਹੀ ਅੰਨੀ ਲੁੱਟ ਦੇ ਬਾਰੇ ਜਾਗਰੂਕ ਕੀਤਾ। ਦੱਸਣਾ ਬਣਦਾ ਹੈ ਕਿ ਜਦ ਇਸ ਬਾਬਤ ਵਿਭਾਗ ਦੇ ਅਧਿਕਾਰੀਆਂ ਨੇ ਕਰਿੰਦਿਆਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਮੰਨਿਆ ਕਿ ਹਾਂ ਉਹ ਸਿਲੰਡਰਾਂ ਦੇ ਵਿੱਚੋਂ ਗੈਸ ਕੱਢਦੇ ਸਨ। ਧਰਮਕੋਟ ਤੋਂ ਅੱਜ ਦੀ ਆਵਾਜ਼ ਦੇ ਲਈ ਹਰਜੀਤ ਸਿੰਘ ਬਹਿਲ ਦੀ ਰਿਪੋਰਟ। ਕੀ ਨਾਮ ਵੀਰੇ ਤੁਹਾਡਾ? ਇਹ ਕਿਹੜੀ ਗੈਸ ਏਜੰਸੀ ਹੈ? ਕਿੱਥੋਂ? ਇਹ ਜੀ ਅੱਜ ਪਿੰਡ ਨਸੀਰੇ ਵਾਲ ਤੁਸੀਂ ਗੈਸ ਸਿਲੰਡਰ ਛੱਡਣ ਆਏ ਸੀਗੇ, ਕਿਸ ਕਾਰਨ ਤੁਹਾਡੀ ਟਰਾਲੀ ਰੋਕੀ ਗਈ ਹੈ? ਗੈਸ ਕੱਟ। ਕਿੰਨੇ ਸਿਲੰਡਰਾਂ 'ਚ ਗੈਸ ਕੱਟ ਹੈ? ਗਿਣਤੀ ਨਹੀਂ ਕੀਤੀ, ਗਿਣਤੀ ਹੁਣ ਟੋਲੇ ਸਾਰੇ। ਇਹ ਪਿੱਛੋਂ ਹੀ ਸਿਲੰਡਰ ਘੱਟ ਆਏ ਜਾਂ ਤੁਸੀਂ ਆਪ ਕੱਢੀ ਗੈਸ? ਗਲਤੀ ਮੰਨ ਲਈ ਹੋ ਰਹੀ, ਗਲਤੀ ਮੰਨ ਲਈ, ਆਪ ਕੱਢੀ ਹੋਈ ਹੈ। ਕੀ ਨਾਮ ਵੀਰੇ ਆਪਣਾ? ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ। ਕਿਹੜਾ ਪਿੰਡ ਹੈ ਜੀ? ਪਿੰਡ ਨਸੀਰੇ ਵਾਲਾ ਜੀ। ਕਿਆ ਇਹ ਸਿਲੰਡਰਾਂ ਵਾਲੀ ਤੁਸੀਂ ਇੰਡੇਨ ਦੀ ਟਰਾਲੀ ਰੋਕੀ ਹੈਗੀ ਹੈ, ਕਿਸ ਮਕਸਦ ਤੋਂ ਰੋਕੀ? ਇਹ ਸਿਲੰਡਰ ਘੱਟ ਆ ਰਿਹਾ ਜੀ ਆਪਣਾ, 3 ਕਿਲੋ ਕਿਸੇ 'ਚ ਘੱਟ ਆ ਰਿਹਾ, ਕਿਸੇ 'ਚ 4 ਕਿਲੋ ਘੱਟ ਆ ਰਿਹਾ, ਕਿਸੇ 'ਚ 5 ਕਿਲੋ ਘੱਟ ਆ ਰਿਹਾ। ਅਤੇ ਅੱਜ ਜਦੋਂ ਅਸੀਂ ਤੋਲਿਆ ਵਾ ਸਿਲੰਡਰ ਤਾਂ ਅੱਜ ਤਕਰੀਬਨ 3 ਕਿਲੋ ਜਾਂ 4 ਕਿਲੋ ਘੱਟ ਆ ਰਿਹਾ ਸੀਗਾ। ਅਤੇ ਇਹਨਾਂ ਕੋਲ ਕੰਡਾ ਵੀ ਪ੍ਰੋਪਰ ਜਿਹੜਾ ਹੈਗਾ ਡਿਜੀਟਲ ਨਹੀਂ ਗਾ, ਪੁਰਾਣੇ ਮਾਡਲ ਵਾਲਾ ਕੰਡਾ ਜਿਹੜਾ ਆਪਣੇ ਬਹੁਤ ਫਰਕ ਦੇ ਰਿਹਾ ਵਾ, 1 ਕਿਲੋ ਘੱਟ ਦੇ ਰਿਹਾ, 2 ਕਿਲੋ ਘੱਟ ਦੇ ਰਿਹਾ, ਇੱਦਾਂ ਕਰਕੇ। ਇਹ ਪਹਿਲਾਂ ਵੀ ਘੱਟ ਨਿਕਲੇ ਸਿਲੰਡਰ ਕਦੇ? ਹਾਂਜੀ ਵੀਰ ਜੀ, ਪਹਿਲਾਂ ਵੀ ਸਿਲੰਡਰ ਘੱਟ ਆ ਰਹੇ ਸੀਗੇ, ਅਤੇ ਉਹ ਪਹਿਲਾਂ ਤਾਂ ਅਣਗਹਿਲੀ ਕਰਦੇ ਰਹੇ, ਅਤੇ ਅੱਜ ਫਿਰ ਬਾਲੇ ਘੱਟ ਆਉਣ ਕਰਕੇ ਫਿਰ ਸਾਨੂੰ ਇਹ ਕਦਮ ਚੁੱਕਣਾ ਪਿਆ ਜੀ। ਇਹ ਕਿੱਥੋਂ ਦੀ ਹੈ ਗੈਸ ਏਜੰਸੀ? ਇਹ ਧਰਮਕੋਟ ਦੀ ਹੈ ਜੀ। ਬਾਈ ਕੀ ਨਾਮ ਹੈ ਤੁਹਾਡਾ? ਮੇਰਾ ਪਾਲ ਸਿੰਘ ਜੀ। ਤੁਸੀਂ ਅੱਜ ਸਿਲੰਡਰ ਦੀ ਟਰਾਲੀ ਘੇਰੀ ਹੈ, ਕਿਸ ਮਕਸਦ ਨਾਲ ਘੇਰੀ? ਅਸੀਂ ਇਹਨਾਂ ਕੋਲ ਸਿਲੰਡਰ ਲਿਆ ਅਤੇ ਉਹਦੇ ਵਿੱਚੋਂ ਗੈਸ ਘੱਟ ਨਿਕਲੀ 5 ਕਿਲੋ, ਅਤੇ ਜਿੰਨੇ ਟਰਾਲੀ ਦੇ ਸਿਲੰਡਰ ਪਿਆ ਸਾਰੇ ਘੱਟ, 2-2 ਕਿਲੋ, 3-3 ਕਿਲੋ। ਇਹ ਪਹਿਲਾਂ ਵੀ ਕਦੇ ਇੱਦਾਂ ਹੋਇਆ ਜਾਂ ਅੱਜ? ਪਹਿਲਾਂ ਵੀ ਇੱਕ 15-20 ਦਿਨ ਮੁੰਡੇ ਨੇ ਭਰਾਇਆ, ਅਤੇ ਉਹ ਵੀ ਘੱਟ, ਉਹਨੇ ਵੀ ਸ਼ਿਕਾਇਤ ਕੀਤੀ ਇਹਨਾਂ ਨੂੰ, ਉਹ ਵੀ ਸਿਲੰਡਰ ਸਾਡੇ ਕੋਲ ਪਿਆ ਹੋਇਆ। ਕਿੰਨੇ ਸਿਲੰਡਰਾਂ 'ਚੋਂ ਘੱਟ ਨਿਕਲੀ ਅੱਜ ਗੈਸ? ਅੱਜ ਇਹ ਪਹਿਲਾ ਸਿਲੰਡਰ ਮੇਰਾ, ਜਿਹੜੇ ਅਸੀਂ 4-5 ਪਿੱਛੋਂ ਢੋਲੇ ਆ, 6-7 ਢੋਲੇ ਮਗਰੋਂ, ਉਹ ਵੀ ਘੱਟ, 3-3 ਕਿਲੋ ਸਾਰਿਆਂ 'ਚੋਂ ਘੱਟ ਨਿਕਲ, ਸਾਰਿਆਂ ਘੱਟ। ਸੀਲ ਲੱਗੀ ਹੋਈ ਆ, ਸੀਲ ਪੱਟੀ ਹੋਈ ਆ, ਸੀਲਾਂ ਲੱਗੀਆਂ ਹੋਈਆਂ ਜੀ। ਕੀ ਹੋਇਆ ਅੱਜ? ਮੈਂ ਜੀ ਘਰ ਤੋਂ ਬਾਹਰ ਨਿਕਲਿਆ ਅਤੇ ਘੱਟ ਸੀਗਾ, ਅਤੇ ਜਦੋਂ ਟਰਾਲੀ ਆਈ ਅਤੇ ਪਾਲ ਸਿੰਘ ਨੇ ਆਪਦਾ ਸਿਲੰਡਰ ਤੋਲਿਆ, ਉਹ ਜੀ 5-6 ਕਿਲੋ ਘੱਟ ਨਿਕਲਿਆ। ਅਤੇ ਜਦ ਅਸੀਂ ਕੰਡਾ ਲੈ ਜਾਂਦਾ, ਕੰਡਾ ਲਿਆ ਕੇ ਚੈੱਕ ਕੀਤੇ ਅਤੇ ਸਾਰੇ ਹੀ ਸਿਲੰਡਰ ਘੱਟ ਪਾਏ। ਟੋਟਲ ਕਿੰਨੇ ਸਿਲੰਡਰ ਘੱਟ ਨਿਕਲੇ ਜੀ? ਇਹ ਜੀ 10 ਸੀਗੇ। ਕਿੰਨੇ ਕਿੰਨੇ ਵੇਟ? ਇਹ ਜੀ 3 ਕਿਲੋ, 4 ਕਿਲੋ, 5 ਕਿਲੋ ਦੇ ਨੇੜੇ ਨਿਕਲੇ ਜੀ। ਅਤੇ ਇਹ ਪਹਿਲਾਂ ਵੀ ਤੁਸੀਂ ਵੇਟ ਕਰਦੇ ਰਹੇ? ਨਹੀਂ ਜੀ ਨਹੀਂ, ਪਹਿਲੀ ਵਾਰ ਹੋਇਆ, ਛੱਕ ਹੋਣ 'ਤੇ ਵੇਟ ਕੀਤਾ ਗਿਆ। ਇਹਦਾ ਮਤਲਬ ਕਾਫੀ ਚਿਰ ਦਾ ਹੀ ਕੰਮ? ਹਾਂਜੀ ਹਾਂਜੀ, ਬੜੇ ਚਿਰ ਦਾ ਚੱਲ ਰਿਹਾ ਜੀ ਇਹ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਇਹ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਵੀ ਇਹਨਾਂ ਦੀ ਸਖਤ ਕਾਰਵਾਈ ਕੀਤੀ ਜਾਵੇ। ਪਤਾ ਲੱਗਿਆ ਕਿ ਸਿਲੰਡਰਾਂ ਦੀ ਟਰਾਲੀ ਆਈ ਹੈ, ਅਤੇ ਸਿਲੰਡਰ ਚੈੱਕ ਕੀਤੇ ਗਏ ਨੇ, ਜਿਵੇਂ ਤੋਲ ਦੇ ਵਿੱਚ ਕਿਸੇ 'ਚ 5 ਕਿਲੋ ਗੈਸ ਘੱਟ ਸੀ, ਕਿਸੇ 'ਚ 4 ਕਿਲੋ ਘੱਟ ਸੀ। ਆਮ ਸੁਣਿਆ ਜਾਂਦਾ 100-200 ਗ੍ਰਾਮ ਦਾ ਇੱਧਰ ਉੱਧਰ ਹੋ ਸਕਦਾ ਜੀ, ਪਰ ਇੰਨੀ ਵੱਡੀ ਫੇਰ ਫਿਰ ਤਾਂ ਪਹਿਲੀ ਵਾਰੀ ਦੇਖੀਏ। ਹੋ ਸਕਦਾ ਵੀ ਲੰਬੇ ਸਮੇਂ ਤੋਂ ਕਰਦੇ ਪਏ ਨੇ, ਪਰ ਅੱਜ ਚੈੱਕ ਕਰਨ 'ਤੇ ਮੁਜਰਮ ਪਾਏ ਗਏ ਨੇ, ਅਤੇ ਅਸੀਂ ਸਰਕਾਰ ਤੋਂ ਔਰ ਡਿਪਾਰਟਮੈਂਟ ਤੋਂ ਮੰਗ ਕਰਦੇ ਹਾਂ ਕਿ ਇਹਨਾਂ 'ਤੇ ਕਾਨੂੰਨੀ ਕਾਰਵਾਈ ਜੋ ਬਣਦੀ ਉਹ ਕੀਤੀ। ਥੈਂਕ ਯੂ। ਸਰ, ਅੱਜ ਪਿੰਡ ਨਸੀਰੇਵਾਲਾ ਵਿੱਚ ਧਰਮਕੋਟ ਗੈਸ ਸਰਵਿਸ ਦੀ ਟਰਾਲੀ ਆਈ ਸੀ, ਜੋ ਕਿ ਪਿੰਡ ਵਾਸੀਆਂ ਵੱਲੋਂ ਕੰਪਲੇਂਟ ਕੀਤੀ ਗਈ ਸੀ ਕਿ ਉਹਨਾਂ ਦੇ ਵਿੱਚ ਸਿਲੰਡਰ ਦੀ ਘੱਟ ਮਾਤਰਾ ਪਾਈ ਗਈ ਹੈ, ਸਰ ਉਹਦੇ ਬਾਰੇ ਜਾਣਕਾਰੀ ਦੇਣ। ਅੱਜ ਫੋਨ 'ਤੇ ਗੁਰਪ੍ਰੀਤ ਸਿੰਘ ਵੱਲੋਂ ਕੰਪਲੇਂਟ ਪ੍ਰਾਪਤ ਹੋਈ ਸੀ ਪੁਲਿਸ ਸਪਲਾਈ ਮਹਿਕਮੇ ਨੂੰ, ਅਤੇ ਮੌਕੇ 'ਤੇ ਆ ਕੇ ਪੜਤਾਲ ਕੀਤੀ ਗਈ ਔਰ ਸਿਲੰਡਰ ਤੋਲੇ ਗਏ। ਜਿਹੜੇ ਸਿਲੰਡਰ ਤੋਲੇ ਆ ਉਹ ਲਗਭਗ 1-3-4 ਕਿਲੋ ਤੱਕ ਘੱਟ ਨੇ, ਅਤੇ ਉਹਦੀ ਰਿਪੋਰਟ ਤਿਆਰ ਕਰ ਲਈ ਹੈ ਔਰ ਅਗਲੇਰੀ ਕਾਰਵਾਈ ਤੈਨੂੰ ਮੁੱਖ ਦਫ਼ਤਰ ਨੂੰ ਲਿਖ ਦਿੱਤਾ ਜਾਏਗਾ ਮੌਕੇ ਨੂੰ, ਔਰ ਉਹਨਾਂ ਵੱਲੋਂ ਅਗਲੇਰੀ ਕਾਰਵਾਈ। ਸਰ, ਇਹ ਪਿੱਛੋਂ ਹੀ ਸਿਲੰਡਰ ਘੱਟ ਆ ਰਹੇ ਆ ਜਾਂ ਲੇਬਰ ਦੇ ਵਿੱਚ ਕੋਲ ਘੱਟ? ਮੌਕੇ 'ਤੇ ਪੜਤਾਲ ਕੀਤੀ ਗਈ ਹੈ। ਇਹ ਜਿਹੜੇ ਉਹਨਾਂ ਦੇ ਨਾਲ ਤੋਂ ਡਰਾਈਵਰ ਆ ਇੱਕ ਜਸਵਿੰਦਰ ਸਿੰਘ ਸੁੱਖਾ ਸਿੰਘ, ਉਹਨਾਂ ਨੇ ਮੰਨਿਆ ਕਿ ਅਸੀਂ ਰਸਤੇ ਵਿੱਚ ਟਰਾਲੀ ਖਿਲਾਰ ਕੇ ਗੈਸ ਕੱਢੀ ਸੀ, ਉਹਨਾਂ ਵੱਲੋਂ ਇਹ ਗੱਲ ਮੰਨੀ ਗਈ ਹੈ, ਉਹਨਾਂ ਦਾ ਬਿਆਨ ਦਿੱਤਾ ਗਿਆ। ਸਰ, ਕਿੰਨੇ ਸਿਲੰਡਰ ਘੱਟ ਪਾਏ ਗਏ? ਇਹ ਲਗਭਗ 7-8 ਸਿਲੰਡਰ ਤੋਲੇ ਗਏ ਆ ਜੋ ਘੱਟ ਪਾਏ। ਤਾਂ ਸਾਡੇ ਮਹਿਕਮੇ ਵੱਲੋਂ ਜੋ ਵੀ ਬਣਦੀ ਕਾਰਵਾਈ ਆ ਬਹੁਤ ਜਲਦੀ ਕਰ ਦਿੱਤੀ ਜਾਊਗੀ। ਰਿਪੋਰਟ ਅਸੀਂ ਤਿਆਰ ਕਰ ਲਈ ਹੈ। ਜਿਹੜੇ ਸਿਲੰਡਰ ਚੈੱਕ ਕੀਤੇ ਸੀਗੇ 1-3 ਕਿਲੋ ਘੱਟ ਪਾਏ ਗਏ, ਪਿੰਡ ਵਾਲਿਆਂ ਦੀ ਸ਼ਿਕਾਇਤ ਆਈ ਸੀ ਫੋਨ 'ਤੇ, 1-3 ਜਾਂ 4-5 ਕਿਲੋ ਘੱਟ ਪਾਏ ਗਏ, ਅਤੇ ਪਿੰਡ ਵਾਲਿਆਂ ਦੀ ਸ਼ਿਕਾਇਤ 'ਤੇ ਰਿਪੋਰਟ ਤਿਆਰ ਕਰ ਲਿੱਤੀ ਗਈ ਹੈ।
ਠੀਕ ਹੈ ਅਤੇ ਜੋ ਕਾਰਵਾਈ ਹੋਊਗੀ ਮਤਲਬ ਮਹਿਕਮੇ ਮੁਤਾਬਕ ਭਾਅ ਜੀ ਤੁਹਾਡਾ ਮਹਿਕਮਾ ਪਰਮਾਨੈਂਟਲੀ ਕਾਰਵਾਈ ਇਸ ਚੀਜ਼ 'ਤੇ ਕਿਉਂ ਨਹੀਂ ਕਰਦਾ ਕਿਉਂਕਿ ਅਕਸਰ ਹੀ ਸ਼ਿਕਾਇਤ ਉੱਠਦੀ ਹੈ ਕਿ ਥਾਂ ਥਾਂ 'ਤੇ ਘੱਟ ਹੁੰਦੀ ਹੈ ਸਰ ਮੈਕਸੀਮਮ ਜਦੋਂ ਵੀ ਸਾਡੇ ਕੋਲ ਕੰਪਲੇਂਟ ਆਉਂਦੀ ਹੈ ਉਦੋਂ ਅਸੀਂ ਪਹੁੰਚਦੇ ਹਾਂ ਜੀ ਚੈਕਿੰਗ ਕਰਨ ਵਾਸਤੇ ਹਮੇਸ਼ਾ ਹੀ ਕਦੇ ਇੱਦਾਂ ਨਹੀਂ ਹੋਇਆ ਵੀ ਨਹੀਂ ਪਹੁੰਚਿਆ ਜੀ ਸਰ ਧਰਮਕੋਟ ਗੈਸ ਪਿੰਡ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਜਾਗੋ ਗ੍ਰਾਹਕ ਵਿੱਚ ਕਿ ਆਪਣਾ ਜਿਹੜਾ ਵੀ ਸਿਲੰਡਰ ਹੈ ਉਹਨੂੰ ਤੋਲ ਕੇ ਲਓ ਔਰ ਇਸ ਬਾਰੇ ਵੱਖ ਵੱਖ ਸਮੇਂ 'ਤੇ ਕੈਂਪ ਲਾਏ ਜਾਂਦੇ ਆ ਤੋ ਇਸ ਪਿੰਡ ਨੇ ਇਸ ਚੀਜ਼ ਨੂੰ ਮੁੱਖ ਰੱਖਦੇ ਹੋਏ ਆ ਸਿਲੰਡਰ ਤੋਲੇ ਸੀ ਔਰ ਘੱਟ ਪਾਏ ਅਤੇ ਅਸੀਂ ਮੌਕੇ 'ਤੇ ਹਾਜ਼ਰ ਹੋਏ ਸਾਡੇ ਵੱਲੋਂ ਵੱਖ ਵੱਖ ਸਮੇਂ 'ਤੇ ਜਾਗੋ ਗ੍ਰਾਹਕ ਦੇ ਕੈਂਪ ਲਾਏ ਜਾਂਦੇ ਆ ਜਿਹਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਕਿ ਸਿਲੰਡਰ ਤੋਲਣ ਦਸੰਬਰ 'ਚ ਹਮੇਸ਼ਾ ਸਰ ਗੈਸ ਸਰਵਿਸ ਜਿਹੜੇ ਓਨਰ ਹੈਗੇ ਆ ਧਰਮਕੋਟ ਤੋਂ ਉਹਨਾਂ ਨਾਲ ਤੁਸੀਂ ਗੱਲਬਾਤ ਕੀਤੀ ਇਸ ਬਾਰੇ ਉਹਨਾਂ ਦਾ ਕੀ ਕਹਿਣਾ ਉਹਨਾਂ ਵੱਲੋਂ ਇਹ ਕਿਹਾ ਗਿਆ ਜੀ ਅਸੀਂ ਨਹੀਂ ਕੀਤਾ ਜੋ ਕੀਤਾ ਮੁਲਾਜ਼ਮਾਂ ਨੇ ਬਾਅਦ ਦੇ ਵਿੱਚ ਕੀਤਾ ਹੋਏਗਾ